ਸਰ ਕੱਲ੍ਹ 1 ਵਜੇ ਮੇਰਾ ਬੇਟਾ ਸਕੂਲ ਤੋਂ ਆਇਆ, ਉਹ ਉੱਪਰ ਆਇਆ, ਉਹਨੇ ਯੂਨੀਫਾਰਮ ਉਤਾਰੀ ਹੈ, ਪਾਣੀ ਵਗੈਰਾ ਪੀਤਾ, ਆਪਣਾ ਮੋਬਾਈਲ ਚੱਕਿਆ, ਉਸ ਤੋਂ ਬਾਅਦ ਉਹ ਆਪਣੇ ਚਾਚਾ ਜੀ ਦੇ ਘਰ ਚਲਾ ਗਿਆ। ਖਾਣਾ ਖੁਣਾ ਖਾ ਕੇ 2 ਵਜੇ ਉਹ ਮੇਰੇ ਕੋਲ ਖਾਣਾ ਲੈ ਕੇ ਆ ਗਿਆ। ਉਸ ਤੋਂ ਬਾਅਦ ਉਹ ਬੇਟਾ ਮੇਰੇ ਨਾਲ ਦੁਕਾਨ 'ਤੇ ਹੀ ਸੀਗਾ। ਉਸ ਤੋਂ ਬਾਅਦ ਅਸੀਂ ਰਾਤ ਨੂੰ ਤਕਰੀਬਨ 9:30 ਵਜੇ ਆਏ ਹਾਂ। ਮੈਂ ਪਰਲੇ ਮਕਾਨ 'ਚ ਐਕਟੀਵਾ ਖੜਾ ਲਈ ਅਤੇ ਮੇਰੇ ਮਿਸੀ ਜੰਦਾ ਖੋਲ੍ਹ ਕੇ ਉੱਪਰ ਆ ਗਏ ਹਾਂ। ਉੱਪਰ ਆਉਂਦੇ ਹੀ ਨਾਲ ਦੀ ਨਾਲ ਹੀ ਭੱਜੇ ਆਏ ਨੇ ਨੀਚੇ, ਕਹਿੰਦੇ ਪਾਪਾ ਜੀ ਇਹ ਹੋ ਗਿਆ ਜੀ, ਮੇਰੇ ਬੇਟਾ ਕਹਿੰਦਾ ਉਹ ਰੋਣ ਲੱਗ ਗਿਆ, ਬੇਟਾ ਜੀ ਆਪਣੇ ਘਰੇ ਚੋਰੀ ਹੋ ਗਈ, ਚੋਰੀ ਹੋ। ਉੱਪਰ ਆ ਕੇ ਦੇਖਿਆ ਤਾਂ ਸਾਰਾ ਸਮਾਨ ਹੀ ਖਿੰਡਿਆ ਪਿਆ ਜੀ, ਸਾਰਾ ਵੀ ਕੁਛ ਵੀ ਨਹੀਂ ਬਚਿਆ ਹੈਗਾ। ਲਗਭਗ ਕਿੰਨਾ ਕੈਸ਼? ਕੈਸ਼ ਮੈਨੂੰ 12 ਲੱਖ ਰੁਪਏ ਬਿਆਨਾ ਦਿੱਤਾ ਸੀਗਾ ਜੀ ਸਮਾਣੇ ਤੋਂ ਹੀ ਕਿਸੇ ਨੇ। ਮੈਂ ਆਪਣੀ ਕੋਠੀ ਵੇਚੀ ਸੀਗੀ, ਉਹਨਾਂ ਨੇ ਮੈਨੂੰ 12 ਲੱਖ ਰੁਪਏ ਬਿਆਨਾ ਦਿੱਤਾ ਸੀਗਾ। ਕਦੋਂ ਆਇਆ ਬਿਆਨਾ ਤੁਹਾਡੇ ਕੋਲ? ਇਹ ਮੇਰੇ ਕੋਲ ਬਿਆਨਾ ਪਿਛਲੀ 10 ਤਰੀਕ ਨੂੰ ਆਇਆ ਸੀਗਾ, ਜਿਹੜਾ ਉਹਨਾਂ ਨੇ ਮੈਨੂੰ ਕੈਸ਼ ਦਿਆ ਸੀਗਾ ਉਹ ਸਾਰੇ ਦੇ ਸਾਰਾ ਹੀ ਮੇਰੀ ਦੁਕਾਨ 'ਤੇ ਇੱਕ ਤਿਜੋਰੀ ਹੈ, ਸੇਫ ਹੈ, ਉੱਚ ਪਿਆ ਸੀਗਾ। ਮੇਰੀ ਹੁਣ ਕਿਸੇ ਸ਼ੋਰੂਮ ਨਾਲ ਗੱਲ ਚੱਲ ਰਹੀ ਸੀਗੀ, ਹਜੇ ਉਹਨਾਂ ਨਾਲ ਮੇਰੀ ਕੱਲ੍ਹ ਵੀ ਗੱਲ ਹੋਈ ਸੀਗੀ ਵੀ ਆਪਾਂ ਸ਼ੋਰੂਮ ਦਾ ਆਪਾਂ ਨੂੰ ਪਸੰਦ ਹੈ ਪਲਾਟ ਦਾ, ਆਪਾਂ ਨੂੰ ਸੌਦਾ ਕਰਨਾ ਉਹਦਾ। ਉਹ ਕਹਿੰਦੇ ਸੀਗੇ ਮੈਨੂੰ ਕਿ ਤੁਸੀਂ ਆਪਣੀ ਪੇਮੈਂਟ ਤਿਆਰ ਰੱਖੋ, ਦੂਸਰੀ ਪਾਰਟੀ ਨੂੰ ਆਪਾਂ ਕੱਲ੍ਹ ਬੁਲਾ ਲਾਂਗੇ ਅਤੇ ਆਪਣੇ ਸਾਹਮਣੇ ਬਹਿ ਕੇ ਜਿਵੇਂ ਸੌਦਾ ਹੋਊਗਾ ਕਰਕੇ ਮੌਕੇ 'ਤੇ ਹੀ ਬਿਆਨੇ ਦੀ ਆਪਾਂ ਪੇਮੈਂਟ ਹੈ ਜਿਹੜੀ ਦੇ ਦਾਂਗੇ। 12 ਲੱਖ ਰੁਪਏ ਹੋਰ ਵੀ ਕੁਝ? 12 ਲੱਖ ਰੁਪਏ ਤੋਂ ਇਲਾਵਾ ਸਰ ਇੱਕ ਮੇਰੇ ਮਿਸੀ ਦੇ ਟੋਪਸ ਸਨ ਅਤੇ 2 ਉਹਨਾਂ ਦੀਆਂ ਛਾਪਾਂ ਸੀ ਅਤੇ 1 ਮੇਰੀ ਛਾਪ ਸੀਗੀ ਜਿਹੜੀ ਮੈਨੂੰ ਸਹੁਰਾ ਪਰਿਵਾਰ ਨੇ ਮੈਨੂੰ 18 ਸਾਲ ਪਹਿਲੇ ਮੇਰੇ ਵਿਆਹ 'ਤੇ ਦਿੱਤੀ ਹੋਈ ਸੀਗੀ ਜੀ। ਉਹੀ ਸਮਾਨ ਸੀਗਾ, ਲਗਭਗ 1.5 ਤੋਲੇ ਦੇ ਆਸ ਪਾਸ ਹੈ ਜਿਹੜਾ ਸੋਨਾ ਸੀਗਾ ਮੇਰਾ, ਅਤੇ 12 ਲੱਖ ਰੁਪਏ ਕੈਸ਼ ਸੀ। ਹਾਂ ਮੇਰੇ ਕਰ ਦੇਣਾ। ਇਹ ਸਾਨੂੰ ਇਤਲਾਹ ਮਿਲੀ ਸੀ ਵੀ ਦਰਸ਼ਨ ਕੁਮਾਰ ਇੱਥੇ ਘੜਾਮੀ ਬੱਤੀ 'ਚ ਵੀ ਮੇਰੇ ਘਰ 'ਚ ਚੋਰੀ ਹੋ ਗਈ ਹੈ। ਦਿਨ ਦੇ ਟਾਈਮ ਇਹ 1 ਵਜੇ ਦਾ ਬੇਟਾ ਕਿਤੇ ਘਰ ਆਇਆ ਸੀ, ਉਹ ਆਪਣੇ ਕੱਪੜੇ ਵਰਦੀ ਵਗੈਰਾ ਬਦਲ ਕੇ ਇਹਦੀ ਦੁਕਾਨ 'ਤੇ ਫਿਰ ਚਲਾ ਗਿਆ। ਇਹ ਕਿਤੇ ਸਵੇਰ ਦਾ ਆਪਣੀ ਦੁਕਾਨ 'ਤੇ 9:30 ਘਰੋਂ ਚਲਾ ਗਿਆ ਸੀ, ਅਤੇ ਇਹਦੀ ਮਿਸਿਜ ਆਪਣੇ ਤੇਜ਼ ਕਲੋਨੀ ਆਪਣੇ ਰਿਸ਼ਤੇਦਾਰ ਘਰ ਚਲੀ ਗਈ। ਜਦੋਂ 9:30 ਰਾਤ ਆਏ ਘਰੇ ਤਾਂ ਇਹਨਾਂ ਦੇ ਦੇਖਿਆ ਵੀ ਸਾਡਾ ਜਿਹੜਾ ਬੈੱਡਰੂਮ ਹੈ ਸਾਰਾ ਫੁੱਲਿਆ ਪਿਆ। ਉਹਦੇ ਇਹਨਾਂ ਦੇ ਦੱਸਣ ਮੁਤਾਬਕ ਅਸੀਂ ਅੱਜ ਮੌਕਾ ਦੇਖਿਆ, ਫੋਰੈਂਸਿਕ ਟੀਮ ਮੌਕੇ 'ਤੇ ਬੁਲਾਈ ਹੈ, ਸਾਰੇ ਫਿੰਗਰ ਪ੍ਰਿੰਟ ਵਗੈਰਾ ਲਏ ਨੇ, ਮੂਵੀ ਵਗੈਰਾ ਬਣਾਈ ਹੈ। ਇਹਨਾਂ ਦੇ ਦੱਸਣ ਮੁਤਾਬਕ ਵੀ ਸਾਡੇ ਜਿਹੜਾ ਇਹਨੇ ਕਿਸੇ ਨਾਲ ਪਵਨ ਕੁਮਾਰ ਦੇ ਨਾਲ ਕੋਲ ਇਸਨੇ ਜਗ੍ਹਾ ਵੇਚੀ ਹੈ ਕੋਈ 47 ਲੱਖ ਦੀ, ਉਹਦੇ 'ਚੋਂ 12 ਲੱਖ ਬਿਆਨਾ ਇਹਦੇ ਕੋਲ ਸੀ, ਜਿਹੜਾ ਨੇ ਆਪਣੇ ਇੱਥੇ ਬੈੱਡਾਂ ਦੇ ਥੱਲੇ ਕਿਸੇ ਲਿਫਾਫੇ ਪਾ ਕੇ ਰੱਖਿਆ ਸੀ। ਅਤੇ ਉਹ ਕੱਲ੍ਹ ਕੋਈ ਨਾਮ ਨੂੰ ਬੰਦਾ ਚੋਰੀ ਕਰਕੇ ਲੈ ਗਿਆ, ਪੌੜੀ ਰੇਂ ਉੱਪਰੋਂ ਆਇਆ ਥੱਲੇ ਨੂੰ, ਥੱਲਿਓਂ ਲੋਕ ਲੱਗਾ ਸੀ, ਇਨਵੈਸਟੀਗੇਸ਼ਨ ਕਰ ਰਿਹਾ ਸੀ, ਅਤੇ ਅੱਗੇ ਜੋ ਵੀ ਕਾਰਵਾਈ ਬਣਦੀ ਅਸੀਂ ਕਰਾਂਗੇ। ਕੋਈ ਸੀਸੀਟੀਵੀ ਕੈਮਰੇ ਇੱਥੇ ਲੱਗੇ ਹੋਏ ਕਿਤੇ? ਕੋਈ ਸੀਸੀਟੀਵੀ ਕੈਮਰਾ ਵਾਲੇ ਦੋਲੇ ਅਸੀਂ ਖੋਜ ਕਰ ਰਹੇ ਹਾਂ, ਵੈਸੇ 1 ਕੈਮਰਾ ਹੈਗਾ ਦੇਖ ਲੈਂਦੇ ਵੀ ਗੁਰੂ ਘਰ ਦੇ ਨਾਲ ਲੱਗਿਆ ਬਾਹਰ, ਅਤੇ ਬੰਦਾ ਤਾਂ ਛੱਤਰੀ ਆਇਆ ਉੱਪਰ ਦੀ, ਉੱਪਰ ਕੋਈ ਸਾਈਡਾਂ 'ਤੇ ਕੋਈ ਕੈਮਰਾ ਹੈ ਨਹੀਂ। ਰਾਤ 1 ਬੰਦਾ ਚੱਕਿਆ ਗਿਆ ਜੀ, ਉਹਦੇ 'ਤੇ ਕੀ ਕਾਰਵਾਈ ਕਰੂਗੀ? ਉਹਦਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉਹਦੇ 'ਤੇ ਉਹਦੀ ਵੀ ਅਸੀਂ ਤਫਤੀਸ਼ ਕਰਾਂਗੇ, ਜੇ ਕੁਛ ਗੱਲ ਸਾਹਮਣੇ ਤਾਂ ਕਾਰਵਾਈ ਕਰਾਂਗੇ।